ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੂੰਡ ਲੈ ਕੇ ਆਏ ਹੋ ਜੀ ਤੁਸੀਂ ਮੋਗਾ ਤੋਂ ਦਿੱਲੀ ਲਿਖਿਆ ਹੋਇਆ ਕਿਵੇਂ ਰਿਹਾ ਸਫ਼ਰ ਤੁਹਾਡਾ ਜੀ ਸਫ਼ਰ ਬਹੁਤ ਵਧੀਆ ਰਿਹਾ ਜੀ ਨਵਾਂ ਸਾਲ ਜੋ ਇਸ ਵਾਰ ਸਾਨੂੰ ਮਨਾਉਣਾ ਪੈ ਰਿਹਾ ਅਸੀਂ ਘਰਾਂ 'ਚ ਬਹਿ ਕੇ ਮਨਾਉਨੇ ਆ ਪਰਿਵਾਰਾਂ ਦੇ ਵਿੱਚ ਬਹਿ ਕੇ ਮਨਾਉਨੇ ਆ ਕੋਈ ਅਮਰitsar ਸਾਹਿਬ ਜਾਂਦਾ ਕੋਈ ਨੰਦੇੜ ਸਾਹਿਬ ਜਾਂਦਾ ਕੋਈ ਕਿਤੇ ਜਾਂਦਾ ਪਰ ਇਸ ਸਾਲ ਨਵਾਂ ਸਾਲ ਜੋ ਸਾਨੂੰ ਕੜਕ ਦੀ ਠੰਡ ਦੇ ਵਿੱਚ ਕੁੰਡਲੀ ਦੀਆਂ ਸੜਕਾਂ ਤੇ ਮਨਾਉਣਾ ਪੈ ਰਿਹਾ ਕੀ ਕਹੋਗੇ ਜੀ ਇਹਦੇ ਬਾਰੇ ਇਦਾਂ ਮਜਬੂਰੀ ਸਮਝੋ ਸਾਡੀ ਜਾਂ ਕਿਵੇਂ ਵੀ ਲਾ ਲਓ ਮੋਦੀ ਦੀ ਤੱਕੇਸ਼ਾਈ ਲਾ ਲਓ ਅਸੀਂ ਆਏ ਆ ਇੱਥੇ ਸਾਡੀ ਯੂਨੀਅਨ ਚ ਫੈਸਲਾ ਹੋ ਗਿਆ ਸਾਡੇ ਜਿਹੜੇ ਯਾਰ ਦੋਸਤੋਂ ਕਹਿੰਦੇ ਆਪਾਂ ਤੁਹਾਡੀ ਮਸ਼ੀਨਰੀ ਦੇਖ ਜਾਨੀ ਆ ਅਸੀਂ ਕਹਾਂ ਚਲੋ ਜੀ ਅੱਜ ਤਿਆਰ ਹੈ ਸਾਡੇ 11 ਯਾਰਾਂ ਦੋਸਤਾਂ ਨੇ ਉਦਮ ਕੀਤਾ ਆ ਜਿਹੜੀ ਤਿਆਰੀ ਤੁਰੀ ਕੀਤੀ ਆ ਹਾਂ ਤੇ ਅਸੀਂ ਲੈ ਕੇ ਆਏ ਆ ਤੇ ਅਸੀਂ ਯਾਨੀ ਆਏ ਆ ਮੋਦੀ ਨੂੰ ਇਹ ਅਪੀਲ ਲਾ ਲਓ ਜਾਂ ਕਿਵੇਂ ਵੀ ਲਾ ਲਓ ਉਹ ਸਾਨੂੰ ਲੁਧਿਆਣਾ ਨਹੀਂ ਵੜਨ ਦਿੰਦੇ ਇਹ ਲੈ ਕੇ ਬੰਦ ਹੋਏ ਹੋਏ ਆ ਇਹ ਤੇ ਸਾਨੂੰ ਯਾਨੀ ਕਿਸੇ ਨੇ ਰਾਜ ਪੁੱਛਿਆ ਨਹੀਂ ਕਿਸੇ ਨੇ ਵੀ ਕਿੱਥੇ ਜਾਣਾ ਪੰਜਾਬ ਚ ਦਾ ਪੁਲਿਸ ਵਾਲੇ ਯਾਨੀ ਵਾਏ ਵਾਏ ਕਰਦੇ ਰਹੇ ਆ ਹਰਿਆਣਾ ਚ ਦਾ ਰਾਤ ਹੋ ਗਈ ਸੀ ਸਾਨੂੰ ਪਤਾ ਨਹੀਂ ਕਿਹਨੇ ਕੀ ਕੀਤਾ ਕਿਹਨੇ ਨਹੀਂ ਤੇ ਇੱਥੇ ਯਾਨੀ ਹੈ ਤਾਂ ਹੁਣ ਖੁਸ਼ੀ ਦਾ ਦਿਨ ਸਾਨੂੰ ਆਏ ਆ ਜਿਹਦਾ 4 ਤਰੀਕ ਨੂੰ ਮੰਨ ਗਿਆ ਸਾਡੇ ਲਈ ਖੁਸ਼ੀ ਹੈ ਤੇ ਨਹੀਂ ਫਿਰ ਕਮੀ ਹੋਈ ਏ ਨਹੀਂ ਫਿਰ ਨਵਾਂ ਸਾਲ ਕਾਲਾ ਨਾ ਨਹੀਂ ਕਾਲਾ ਸਾਲ ਹੋਊਗਾ ਫਿਰ ਇਹ ਪਹਿਲਾਂ ਦਾ ਜੇਵ ਜਾਂ ਤੁਹਾਨੂੰ ਬੀਤਿਆ ਵੀ ਉਹ ਤਾਂ ਪਤਾ ਹੀ ਆ ਵੀ ਇਹ ਉਹਨੇ ਖਤਮ ਕਰਤੇ ਲੋਕ ਕਿਸੇ ਨੇ ਉਦੋਂ ਜਾਂ ਕਰੋਨਾ ਨੇ ਮਾਰਤਾ ਕਿਸੇ ਨੇ ਜੀਸੀਡੀ ਨੇ ਮਾਰਤਾ ਕਿਸੇ ਨੇ ਕੀ ਕਿ ਜਿਹੜੇ ਕਾਨੂੰਨ ਬਣਾਏ ਇਹਨਾਂ ਨੇ ਉਹਦੇ ਨਾਲ ਮਾਰਤਾ ਲੋਕ ਤਾਂ ਮਰੇ ਵੇ ਆ